ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਇਸ ਇਲੈਕਸ਼ਨ ਦੇ ਵਿੱਚ ਸਬਕ ਸਿਖਾਇਆ ਜਾਏਗਾ। ਦੇਖੋ, ਲੋਕ ਦਲ ਬਦਲੂਆਂ ਨੂੰ ਠੀਕ ਨਹੀਂ ਸਮਝਦੇ। ਮਹਾਰਾਣੀ ਔਰ ਉਹਨਾਂ ਦੇ ਪਰਿਵਾਰ ਨੂੰ ਜਿੰਨਾ ਸਤਿਕਾਰ ਕਾਂਗਰਸ ਪਾਰਟੀ ਨੇ ਦਿੱਤਾ, ਮੇਰਾ ਨਹੀਂ ਖਿਆਲ ਹੋਰ ਕਿਸੇ ਨੂੰ ਇੰਨਾ ਮਿਲ ਸਕਦਾ। ਇਹ ਪਰਿਵਾਰ ਦਾ ਇਸ ਤੋਂ ਬਾਅਦ ਕਿਤੇ ਪੋਲੀਟੀਕਲ ਸੀਨ 'ਤੇ ਐਗਜ਼ਿਸਟ ਹੀ ਨਹੀਂ ਕਰਦਾ। ਕਾਂਗਰਸ ਦੇ ਗੜ੍ਹ ਨੇ ਸਨੌਰ ਹਲਕੇ ਦੇ ਵਿੱਚ ਦੇਖਿਆ ਜਾਵੇ ਤਾਂ ਪੂਰੇ ਹੈਰੀਮਾਨ ਸਾਹਿਬ, ਉਹਨਾਂ ਨਾਲ ਗੱਲਬਾਤ ਕਰਦਾ ਅਤੇ ਇਸ ਵੇਲੇ ਕਾਂਗਰਸ ਸਥਿਤੀ ਨੂੰ ਕਿਵੇਂ ਮੰਨਦੇ ਹੋ? ਪਟਿਆਲੇ ਵਿੱਚ ਕਾਂਗਰਸ ਸਥਿਤੀ ਕੀ ਰਹੂਗੀ? ਦੇਖੋ, ਪਟਿਆਲੇ ਵਿੱਚ ਕਾਂਗਰਸ ਦੀ ਸਥਿਤੀ ਹਮੇਸ਼ਾ ਹੀ ਤਕੜੀ ਰਹੀ ਹੈ। ਪਿਛਲੇ ਕਾਫੀ ਸਾਲਾਂ ਤੋਂ ਅਸੀਂ ਇੱਥੋਂ ਸੀਟ ਰਿਟੇਨ ਕਰਦੇ ਰਹੇ। ਕਾਂਗਰਸ ਪਾਰਟੀ ਲਗਾਤਾਰ ਪਿਛਲੀਆਂ 5 ਇਲੈਕਸ਼ਨਾਂ 'ਚ 4 ਵਾਰ ਅਸੀਂ ਜਿੱਤੇ ਹਾਂ ਪਟਿਆਲੇ ਤੋਂ। ਇਸ ਵਾਰ ਫਿਰ ਕਾਂਗਰਸ ਜਿੱਤਣ ਜਾ ਰਹੀ, ਜਦਕਿ ਪਹਿਲਾਂ ਤਾਂ ਮਜ਼ਬੂਤ ਦਾਅਵੇਦਾਰੀ ਰਹੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨੇ ਪਟਿਆਲੇ ਵਿੱਚ ਰਹੀ ਹੈ ਅਤੇ ਜਦੋਂ ਕਿ ਮਹਾਰਾਣੀ ਪ੍ਰਨੀਤ ਕੌਰ ਵੀ ਉੱਥੇ ਰਹੇ ਨੇ, ਸਾਂਸਦ ਵੀ ਰਹਿ ਚੁੱਕੇ ਨੇ, ਅਤੇ ਉਹਨਾਂ ਦੇ ਜਾਣ ਨਾਲ ਕਿੰਨਾ ਕੁ ਕਾਂਗਰਸ ਪਾਰਟੀ ਨੂੰ ਇਫੈਕਟ ਪਊਗਾ ਜਾਂ ਨਹੀਂ ਪਊਗਾ? ਦੇਖੋ, ਲੋਕ ਦਲ ਬਦਲੂਆਂ ਨੂੰ ਠੀਕ ਨਹੀਂ ਸਮਝਦੇ। ਮਹਾਰਾਣੀ ਔਰ ਉਹਨਾਂ ਦੇ ਪਰਿਵਾਰ ਨੂੰ ਜਿੰਨਾ ਸਤਿਕਾਰ ਕਾਂਗਰਸ ਪਾਰਟੀ ਨੇ ਦਿੱਤਾ, ਮੇਰਾ ਨਹੀਂ ਖਿਆਲ ਹੋਰ ਕਿਸੇ ਨੂੰ ਇੰਨਾ ਮਿਲ ਸਕਦਾ। ਕਾਂਗਰਸ ਪਾਰਟੀ ਨੇ ਕਿੰਨਾ ਵੱਡੀ ਜਿੱਤ ਮਹਾਰਾਣੀ ਸਾਹਿਬ ਨੂੰ ਦਿੱਤੀ, ਉਹ ਲੋਕਾਂ ਨੂੰ ਬਿਟਰੇ ਕਰਕੇ ਗਏ ਨੇ। ਲੋਕ ਪਟਿਆਲੇ ਦੇ ਅੱਜ ਮਹਿਸੂਸ ਠੱਗੇ ਮਹਿਸੂਸ ਕਰ ਰਹੇ ਨੇ ਕਿ ਸਾਡੇ ਤੋਂ ਵੋਟਾਂ ਲੈ ਕੇ ਅਤੇ ਸਾਨੂੰ ਧੋਖਾ ਦੇ ਕੇ ਚਲੇ ਗਏ ਨੇ। ਇਹ ਚੀਜ਼ ਲੋਕਾਂ ਦੇ ਮਨ 'ਚ ਬਹੁਤ ਵੱਡੀ ਗੱਲ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਇਸ ਇਲੈਕਸ਼ਨ ਦੇ ਵਿੱਚ ਸਬਕ ਸਿਖਾਇਆ ਜਾਏਗਾ। ਇਹ ਪਰਿਵਾਰ ਦਾ ਇਸ ਤੋਂ ਬਾਅਦ ਕਿਤੇ ਪੋਲੀਟੀਕਲ ਸੀਨ 'ਤੇ ਐਗਜ਼ਿਸਟ ਹੀ ਨਹੀਂ ਕਰਦਾ ਇਹ ਪਰਿਵਾਰ ਜੀ। ਡਾਕਟਰ ਗਾਂਧੀ ਜੀ ਦਾ ਵਿਰੋਧ ਵੀ ਰਿਹਾ, ਫਿਰ ਵੀ ਨਾ ਜਿਹੜਾ ਉਹਨਾਂ ਨੂੰ ਕਾਂਗਰਸ ਵੱਲੋਂ ਸੀਟ ਦਿੱਤੀ ਗਈ ਹੈ ਕਿ ਪਹਿਲਾਂ ਹੀ ਗੱਲਬਾਤ ਹੋਈ ਹੈ? ਨਹੀਂ, ਗਾਂਧੀ ਜੀ ਦਾ ਕੋਈ ਵਿਰੋਧ ਨਹੀਂ ਸੀ। ਸਾਰਾ ਜਿਹੜਾ ਵੋਟਰ ਹੈ ਪਟਿਆਲੇ ਦਾ, ਉਹ ਗਾਂਧੀ ਜੀ ਨੂੰ ਚਾਹੁੰਦਾ। ਪਿਛਲੀ ਵਾਰ ਉਹ ਆਜ਼ਾਦ ਲੜੇ ਸੀ, ਉਦੋਂ ਵੀ 1,62,000 ਵੋਟ ਲੈ ਗਏ। ਉਸ ਤੋਂ ਪਿਛਲੀ ਵਾਰ ਉਹ ਜਿੱਤ ਗਏ ਸੀਗੇ ਔਰ ਉਹ ਉਹਨਾਂ ਦੀ 1.5-2 ਲੱਖ ਵੋਟ ਹੈ, ਉਹ ਸਾਰੇ ਉਹਨਾਂ ਦੇ ਆਪਣੇ ਪ੍ਰਸਤ ਸੰਗ ਔਰ ਹੁਣ ਕਾਂਗਰਸ ਪਾਰਟੀ ਨਾਲ ਆ ਗਈ। ਬਹੁਤ ਵੱਡੀ ਜਿੱਤ ਹੋਣ ਜਾ ਰਹੀ ਹੈ। ਇਹ ਇੱਕ ਵੇਵ ਹੈ ਕਾਂਗਰਸ ਪਾਰਟੀ ਦੇ ਹੱਕ 'ਚ ਵੀ ਔਰ ਗਾਂਧੀ ਜੀ ਦੇ ਹੱਕ। ਇਸ ਤੋਂ ਪਹਿਲਾਂ ਅੱਜ ਨਾਮਜ਼ਦਗੀ ਪੱਤਰ ਭਰਨ ਵੇਲੇ ਸਾਰਾ ਕੁਝ ਦੇਖਿਆ ਗਿਆ ਵੀ ਸਾਰੇ ਬਹੁਤ ਲੀਡਰ ਨਾਲ ਹੈ, ਈਵਨ ਕਿ ਕਾਂਗਰਸ ਦੇ ਪ੍ਰਧਾਨ ਜਿਹੜੇ ਸੂਬਾ ਪ੍ਰਧਾਨ ਨੇ ਉਹ ਵੀ ਨਾਲ ਹੈ, ਰਾਜਾ ਵੜਿੰਗ, ਅਤੇ ਉਸ ਤੋਂ ਪਹਿਲਾਂ ਵੀ ਜਿਹੜੇ ਨੇ ਉਹ ਉਹਨਾਂ ਦੇ ਨਾਲ ਦੇਖਿਆ ਨਹੀਂ ਜਾ ਰਿਹਾ ਚੋਣ ਪ੍ਰਚਾਰ 'ਚ ਕਿਤੇ ਨਾਲ ਸ਼ਮੂਲੀਅਤ ਕੌਣ ਸ਼ਮੂਲੀਅਤ ਨਹੀਂ ਦੇਖੀ ਜਾ ਰਹੀ ਇਸ ਵੇਲੇ ਵੀ ਜਿਹੜੇ ਅਲੱਗ ਅਲੱਗ ਤੌਰ ਦੇ ਉੱਤੇ ਰੈਲੀਆਂ ਕੀਤੀਆਂ ਜਾ ਰਹੀਆਂ? ਸਾਰੇ ਅਸੀਂ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਗਾਂਧੀ ਜੀ ਦੇ 9 ਦੇ 9 ਹਲਕਿਆਂ 'ਚ ਅਸੀਂ ਦਫ਼ਤਰ ਖੋਲ੍ਹਦੇ ਹਾਂ। 1 ਤਰੀਕ ਤੋਂ ਸ਼ੁਰੂ ਸਨੌਰ ਤੋਂ ਕੀਤਾ ਸੀਗਾ ਔਰ ਕੱਲ੍ਹ ਡੇਰਾ ਬਸੀ ਅਖੀਰਲਾ ਦਫ਼ਤਰ ਖੁੱਲ੍ਹਿਆ। ਸਾਰੇ ਦਫ਼ਤਰ ਨੇ ਸਾਰੇ ਵੱਡੇ ਉੱਥੇ ਹਾਜ਼ਰੀ ਵਰਕਰਾਂ ਨੇ ਦਿੱਤੀ ਹੈ ਔਰ ਹਰੇਕ ਦੇ ਵਿੱਚ ਸਾਹਿਬ ਪ੍ਰਤਾਪ ਸਿੰਘ ਬਾਜਵਾ 1 ਤਰੀਕ ਨੂੰ ਆਏ ਸੀਗੇ ਸਨੌਰ ਦੇ ਵਿੱਚ ਔਰ ਅੱਜ ਰਾਜਾ ਵੜਿੰਗ ਜੀ ਆਏ ਨੇ ਕਾਗਜ਼ ਪ੍ਰਾਣ ਔਰ ਸਾਰੇ ਹਲਕਾ ਇੰਚਾਰਜ ਨੇ ਔਰ ਅਸੀਂ ਤਾਂ ਕੰਪੇਨ ਸਾਡੀ ਚੱਲ ਰਹੀ ਹੈ। 15-20 ਪਿੰਡ ਅਸੀਂ ਰੋਜ਼ ਕੱਢ ਰਹੇ ਹਾਂ ਸਰ। ਇਹ ਸਨ ਸਨੌਰ ਹਲਕੇ ਦੇ ਜਿਹੜੇ ਕਾਂਗਰਸ ਦੇ ਗੜ੍ਹ ਹੈ ਹੈਰੀਮਾਨ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਜਾਣਿਆ ਕਿ ਇਸ ਵੇਲੇ ਕਾਂਗਰਸ ਦੀ ਸਥਿਤੀ ਪਟਿਆਲਾ ਦੇ ਵਿੱਚ ਕੀ ਹੈ ਅਤੇ ਧਰਮਵੀਰ ਗਾਂਧੀ, ਇਹਨਾਂ ਦਾ ਕਹਿਣਾ ਕਿ ਧਰਮਵੀਰ ਗਾਂਧੀ ਜਿਹੜੇ ਨੇ ਉਹ ਪੂਰੇ ਮਾਰਜਨ ਦੇ ਨਾਲ ਪਟਿਆਲਾ ਦੇ ਵਿੱਚੋਂ ਇਹ ਸੀਟ ਕੱਢ ਕੇ ਦਿਖਾਉਣਗੇ।